ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ। ਇਹ ਐਕਸ਼ਨ ਜਿਹੜਾ ਹੈ ਨਸ਼ਾ ਤਸਕਰਾਂ ਦੇ ਖਿਲਾਫ ਲਿਆ ਗਿਆ। ਦਰਅਸਲ ਉਹਨਾਂ ਦੀ 20 ਲੱਖ ਰੁਪਏ ਦੀ ਪ੍ਰੋਪਰਟੀ ਸੀਜ਼ ਕਰ ਦਿੱਤੀ ਗਈ ਹੈ। ਇੱਕ ਸ਼ਖਸ ਦੇ ਉੱਤੇ NDPS ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਉਸਨੂੰ 10 ਸਾਲ ਦੀ ਸਜ਼ਾ ਵੀ ਦਿੱਤੀ ਗਈ ਹੈ। ਤਾਂ ਪੰਜਾਬ ਪੁਲਿਸ ਦੀ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਕਿ ਇੱਕ ਨਸ਼ਾ ਤਸਕਰ ਜਿਸਦਾ ਨਾਮ ਗੁਰਦਿਆਲ ਸਿੰਘ ਦੱਸਿਆ ਜਾ ਰਿਹਾ ਹੈ, NDPS ਐਕਟ ਦੇ ਤਹਿਤ 10 ਸਾਲ ਦੀ ਸਜ਼ਾ ਕੱਟ ਰਿਹਾ ਅਤੇ ਹੁਣ ਉਸਦੇ ਘਰ ਦੇ ਬਾਹਰ ਪਹੁੰਚ ਕੇ ਦੀਵਾਰ ਦੇ ਉੱਤੇ ਨੋਟਿਸ ਜਿਹੜਾ ਹੈ ਮੋਗਾ ਦੀ ਪੁਲਿਸ ਦੇ ਵੱਲੋਂ ਚਿਪਕਾ ਦਿੱਤਾ ਗਿਆ। ਤਾਂ ਪੰਜਾਬ ਦੇ ਵਿੱਚ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਹੈ, ਕਿਉਂਕਿ ਜੇਕਰ ਤੁਸੀਂ ਨਸ਼ੇ ਦੀ ਤਸਕਰੀ ਕਰਦੇ ਹੋ ਤਾਂ ਤੁਹਾਡੇ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਮੋਗਾ ਪੁਲਿਸ ਦੇ ਵੱਲੋਂ ਕਸਬਾ ਫਤਿਹਗੜ੍ਹ ਪੰਚਤੂਰ ਦੇ ਗੁਰਦਿਆਲ ਸਿੰਘ ਦੀ ਪ੍ਰੋਪਰਟੀ, ਜਿਸ ਦੀ ਕੀ ਕੀਮਤ ਤਕਰੀਬਨ 20 ਲੱਖ ਰੁਪਏ ਦੱਸੀ ਜਾ ਰਹੀ ਹੈ, ਉਸ ਨੂੰ ਸੀਜ਼ ਕਰ ਦਿੱਤਾ ਗਿਆ। ਹਾਲਾਂਕਿ ਜਿਸ ਵੇਲੇ ਨੋਟਿਸ ਚਿਪਕਾਇਆ ਜਾਂਦਾ ਉਸ ਵੇਲੇ ਗੁਰਦਿਆਲ ਸਿੰਘ ਜੇਲ੍ਹ ਦੇ ਵਿੱਚ 10 ਸਾਲ ਦੀ ਸਜ਼ਾ ਕੱਟ ਰਹੇ ਨੇ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਜੋ ਹੈ ਵੱਡਾ ਐਕਸ਼ਨ ਹੈ ਪੁਲਿਸ ਦੇ ਵੱਲੋਂ ਲਿਆ ਜਾ ਰਿਹਾ ਅਤੇ ਇਹ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਕਿਵੇਂ ਇੱਕ ਨਸ਼ਾ ਤਸਕਰ ਜਿਹੜਾ ਕਿ NDPS ਐਕਟ ਦੇ ਤਹਿਤ 10 ਸਾਲ ਦੀ ਸਜ਼ਾ ਕੱਟ ਰਿਹਾ, ਉਸਦੀ ਪ੍ਰੋਪਰਟੀ ਨੂੰ ਸੀਜ਼ ਕਰ ਦਿੱਤਾ ਗਿਆ, ਜਿਸ ਦੀ ਕਿ ਕੀਮਤ 20 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਅਸੀਂ ਅੱਜ ਮਾਨਯੋਗ DGP ਸਾਹਿਬ ਦੀ ਹਦਾਇਤਾਂ 'ਤੇ ਜੋ ਅਸੀਂ 68F ਦੇ NDPS ਤਹਿਤ ਅਸੀਂ SHO ਸਾਹਿਬ ਵੱਲੋਂ ਫਰੀਜਿੰਗ ਔਰਡਰ ਭੇਜਿਆ ਗਿਆ ਸੀ। ਅੱਜ ਉਹਦੀ ਕਨਫਰਮੇਸ਼ਨ ਔਰਡਰ ਜਿਹੜੀ ਸਾਨੂੰ ਮਿਲ ਚੁੱਕੇ ਗਏ ਨੇ, ਇਸ ਅੱਜ ਅਸੀਂ ਉਹਨਾਂ ਦੇ ਇੱਥੇ ਘਰ ਆ ਕੇ ਜਿਹੜੀ ਹੈਗੀ ਹੈ ਇਹਨਾਂ ਦੀ ਕਨਫਰਮੇਸ਼ਨ ਔਰਡਰ ਇਹਨਾਂ ਦੇ ਘਰ ਦੇ ਅੱਗੇ ਪੇਸਟ ਕੀਤੇ ਨੇ ਅਤੇ ਇਹ ਜਿਹੜੇ ਹੈਗੇ ਆ ਤਕਰੀਬਨ 20 ਲੱਖ ਦੀ ਸਾਡੀ ਜਿਹੜੀ ਮਾਰਕੀਟ ਵੈਲਿਊ ਹੈਗੀ ਹੈ। ਜਿਹੜੇ ਗੁਰਦਿਆਲ ਸਿੰਘ ਹੈਗੇ ਆ ਇਸ ਨੂੰ 10 ਸਾਲ ਦੀ ਸਜ਼ਾ ਹੋਈ ਹੋਈ ਹੈਗੀ ਹੈ। ਅਸੀਂ ਇਸ ਲਈ ਜਿਹੜੇ ਹੈਗੇ NDPS ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਜੇ ਕਾਰਵਾਈ ਕੀਤੀ ਹੈ। ਕਿੰਨੇ ਪਰਚੇ ਹੈ ਇਹਨਾਂ ਦੇ ਕੋਲ? ਇਹਨਾਂ ਦੇ ਟੋਟਲ 8 ਪਰਚੇ ਹੈਗੇ ਆ ਸਾਡੇ ਕੋਲ, ਡਿਫਰੈਂਟ NDPS ਐਕਟ ਗੈਮਬਲਿੰਗ ਐਕਟ ਦੇ ਵਿੱਚ ਹੈਗੇ ਆ। ਜਿਹੜਾ ਇਹ ਬੰਦਾ ਹਜੇ ਵੀ ਅੰਦਰ ਹੈਗਾ, ਇਹ ਪ੍ਰੋਪਰਟੀ ਜਿਹੜੀ ਹੈਗੀ ਆ ਸਾਡੇ ਤਕਰੀਬਨ 20 ਲੱਖ ਦੀ ਹੈਗੀ ਹੈ, ਜਿਹੜੀ ਇਹਦੀ ਵਾਈਫ 'ਤੇ ਇਹਦੇ ਨਾਮ 'ਤੇ ਹੈਗੀ ਹੈ। ਹਜੇ ਤੱਕ ਸਾਨੂੰ ਇਹ ਆਈਡੈਂਟੀਫਾਈ ਹੋਈ ਹੈਗੀ ਹੈ, ਅੱਗੇ ਜਿਹੜੀਆਂ ਪ੍ਰੋਪਰਟੀਆਂ ਆਈਡੈਂਟੀਫਾਈ ਹੋਣੀਆਂ ਜਿਹੜੇ ਵੀ ਸਮਗਲਰ ਦੀਆਂ ਜਿਹਨਾਂ ਦੇ ਕਮਰਸ਼ੀਅਲ ਪਰਚੇ ਰਜਿਸਟਰਡ ਹੈਗੇ ਆ, ਅਸੀਂ ਅੱਗੇ ਵੀ ਕਾਰਵਾਈ ਕਰਦੇ ਪਏ ਹੈਗੇ ਹਾਂ। ਅਸੀਂ ਅੱਗੇ ਵੀ ਕਾਫੀ ਅਸੀਂ ਤਕਰੀਬਨ 20 ਜਿਹੜੇ ਮੇਨ ਸਮਗਲਰ ਨੇ ਉਹਨਾਂ ਦੀ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰਕੇ ਅਸੀਂ ਫਰੀਜ਼ ਕਰਾ ਕੇ ਕਨਫਰਮ ਕਰਾਈਆਂ ਹੈਗੀਆਂ, ਐਂਡ ਹੁਣ ਪ੍ਰੋਸੈਸ ਇਹਨਾਂ ਦੇ ਸੀਜਿੰਗ ਅਸੀਂ ਸੀਜ਼ ਵੀ ਕਰਾਂਗੇ ਅੱਗੇ ਜਿਹੜੀ ਇਹ ਪ੍ਰੋਸੈਸ ਹੈਗੀ ਹੈ। ਅਤੇ ਇੱਕ ਇਹ ਵੱਡੀ ਵੱਡੀ SHO ਸਾਹਿਬ ਵੱਲੋਂ ਵੀ, DP ਸਾਹਿਬ ਵੱਲੋਂ ਵੀ ਇਹ ਕਾਰਵਾਈ ਕੀਤੀ ਗਈ ਹੈਗੀ ਹੈ ਅਤੇ ਬਾਕੀ ਸਮਗਲਰਾਂ ਨੂੰ ਵੀ ਇੱਕ ਸਾਡੇ ਵੱਲੋਂ ਮੈਸੇਜ ਹੈ, ਜੇ ਉਹ ਨਸ਼ਾ ਵੇਚ ਕੇ ਕੋਈ ਵੀ ਪ੍ਰੋਪਰਟੀ ਬਣਾਉਂਦਾ, ਕੋਈ ਗੱਡੀ, ਕੋਈ ਕਾਰ, ਕੋਈ ਸੋਨਾ, ਕੋਈ ਕੁਛ, ਅਸੀਂ ਉਹਦੇ ਉੱਪਰ ਇਹ ਕਾਰਵਾਈ ਕਰਾਂਗੇ ਅਤੇ ਹੁਣ ਜਿਹੜੇ ਸਮਗਲਰ ਹੈਗੇ ਆ ਉਹ ਚੁਕੰਨੇ ਹੋ ਜਾਣ। ਥੈਂਕ ਯੂ। ਹੋਰ ਜਿਹੜੀ ਹੈਗੀ ਹੈ ਕਾਰਵਾਈ ਜਿਹੜੀ ਹੈਗੀ ਹੈ, ਮਤਲਬ ਸਾਨੂੰ ਕੇਸ ਟੂ ਕੇਸ ਕਰਨੀ ਪੈਂਦੀ ਹੈਗੀ ਹੈ। ਜਿਹੜੇ ਵੀ ਸਾਨੂੰ ਆਈਡੈਂਟੀਫਾਈ ਹੁੰਦੀ ਹੈ ਪ੍ਰੋਪਰਟੀ, ਜਿਵੇਂ ਹੁਣ ਕੀਤੀਆਂ ਕੋਟੀ ਸੇਖਾਂ ਕੀਤੀਆਂ ਸੀ, 3-4 ਪ੍ਰੋਪਰਟੀਆਂ, 4 ਦੌਲੇ ਵਾਲੇ ਪਿੰਡ ਕੀਤੀਆਂ ਹੈਗੀਆਂ, ਇੱਦਾਂ ਹੀ ਨਿਹਾਲ ਸਿੰਘ ਵਾਲਾ ਕੀਤੀਆਂ ਹੈਗੀਆਂ। ਇਸ ਸਾਲ 'ਚ ਅਸੀਂ ਤਕਰੀਬਨ 24 ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਕਨਫਰਮ ਸੀਜ਼ ਕਰਵਾ ਦਿੱਤਾ ਗਿਆ।